हाँ जी, आज दा मेरा टॉपिक फिनलैंड स्टडी दे रिगार्डिंग है। फिनलैंड दे विच तुसी स्पाउस दे नाल, तुसी अपने डिपेंडेंट चिल्ड्रन दे नाल जाना चाहुंदे हो बिल्कुल विदाउट आइलैट्स, किवें तुसी फिनलैंड दे विच अप्लाई कर सकदे हो? मेरी वीडियो नूं पूरी देखियो। जे तुसी फिनलैंड दे विच जाना चाहुंदे हो, की रिक्वायरमेंट है, किन्नी फीस स्ट्रक्चर आ जांदी फिनलैंड दे विच, केड़ी केड़ी यूनिवर्सिटी दे विच तुसी विदाउट आइलैट्स अप्लाई कर सकदे हो। हुण सब तो पहला तां मैं गल करूंगा कि फिनलैंड दे विच जिवें कि ये होंदे कि जी असी 58% ने, मेरी आईलैट्स नहीं कीती हुई, जां मेरे कोले GRE दा एग्जाम हैगा। जिवें GRE दा एग्जाम मास्टर दे लई हुंदा है, बैचलर दे लई जाना तुसी सैट दा एग्जाम हुंदा है। उस तो बाद जी फिनलैंड दे विच जाना चाहुंदे आ, बट ਸਾਨੂੰ ਐਂਟਰੈਂਸ ਐਗਜ਼ਾਮ ਦਾ ਸਿਲੇਬਸ ਨਹੀਂ ਪਤਾ, ਜਾਂ ਅਸੀਂ ਐਂਟਰੈਂਸ ਐਗਜ਼ਾਮ ਕਲੀਅਰ ਨਹੀਂ ਕਰ ਸਕਦੇ। ਇਸ ਦੇ ਨਾਲ ਨਾਲ ਸਾਡੇ ਕੋਲ ਗੈਪ ਹੈ, 10 ਤੋਂ ਲੈ ਕੇ 15 ਸਾਲ ਦਾ ਗੈਪ ਹੈ। ਅਸੀਂ ਬੈਚਲਰ ਦੇ ਲਈ ਜਾਣਾ ਚਾਹੁੰਦੇ ਹਾਂ ਜਾਂ ਮਾਸਟਰ ਦੇ ਲਈ ਜਾਣਾ ਚਾਹੁੰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਫਾਈਲ ਹੈ, ਇਹ ਨਹੀਂ ਕਿ ਹਰ ਇੱਕ ਪ੍ਰੋਫਾਈਲ ਕਹਿ ਦਾਂਗੇ ਫਿਨਲੈਂਡ ਜਾ ਸਕਦੇ ਹਾਂ, ਬਟ ਇੱਕ ਵਾਰੀ ਤੁਸੀਂ ਸਾਡੇ ਨਾਲ ਡਿਸਕਸ ਜ਼ਰੂਰ ਕਰਿਓ। ਸਭ ਤੋਂ ਬੈਨੀਫਿਟ ਕੀ ਹੈ, ਚਾਹੇ ਤੁਸੀਂ ਆਪ ਅਪਲਾਈ ਕਰ ਰਹੇ ਹੋ ਫਿਨਲੈਂਡ ਦੇ ਵਿੱਚ, ਜੇ ਤੁਸੀਂ ਅਪਲਾਈ ਕਰੋਗੇ ਇੱਕੋ ਹੀ ਟਾਈਮ ਦੇ ਵਿੱਚ ਤੁਸੀਂ ਨੰਬਰ ਆਫ ਯੂਨੀਵਰਸਿਟੀ ਦੇ ਵਿੱਚ 6 ਯੂਨੀਵਰਸਿਟੀ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਬੈਚਲਰ ਦੇ ਲਈ ਅਪਲਾਈ ਕਰ ਸਕਦੇ ਹੋ, ਮਾਸਟਰ ਦੇ ਲਈ ਵੀ ਅਪਲਾਈ ਕਰ ਸਕਦੇ ਹੋ। ਹੁਣ ਕਈ ਏਜੰਟ ਕਹਿੰਦੇ ਨੇ ਜੀ, ਜਾਂ ਕਈ ਕੈਂਡੀਡੇਟ ਕਹਿੰਦੇ ਨੇ ਜੀ, ਵੀ ਤੁਸੀਂ ਪਹਿਲਾਂ ਬੈਚਲਰ ਕੀਤੀ ਹੋਈ ਹੈ, ਤੁਸੀਂ ਬੈਚਲਰ ਤੋਂ ਬਾਅਦ ਮਾਸਟਰ ਦੇ ਲਈ ਨਾ ਜਾਓ। ਬੜੀ ਵੱਡੀ ਪ੍ਰੋਬਲਮ ਆਉਂਦੀ ਹੈ, ਕਹਿੰਦੇ ਤੁਸੀਂ ਬੈਚਲਰ ਦੇ ਲਈ ਹੀ ਜਾਓ, ਮਾਸਟਰ ਦੇ ਲਈ ਨਾ ਜਾਓ। ਡਰਾ ਦਿੰਦੇ ਜੀ, ਕਹਿੰਦੇ ਜੀ ਫੋਰਮ ਬੜਾ ਔਖਾ ਹੈ ਜੀ, ਫੋਰਮ ਭਰਨਾ ਹੈ, ਬੜਾ ਟਾਈਮ ਲੱਗਦਾ ਹੈ, ਜਾਂ ਇੰਟਰਵਿਊ ਕਲੀਅਰ ਨਹੀਂ ਆਉਂਦੀ, ਜਾਂ ਐਂਟਰੈਂਸ ਐਗਜ਼ਾਮ ਨਹੀਂ ਤੁਹਾਡੇ ਤੋਂ ਹੁੰਦਾ, ਦੈਨ ਕੀ ਹੈ ਆਪਾਂ ਮਾਸਟਰ ਦੇ ਲਈ ਅਪਲਾਈ ਨਹੀਂ ਕਰਦੇ। ਬਟ ਇਹ ਸੱਚਾਈ ਹੈ ਕਿ ਮਾਸਟਰ ਦੇ ਲਈ ਐਡਮਿਸ਼ਨ ਲੈਣਾ, ਲੈਟਰ ਲੈਣਾ ਜ਼ਰੂਰ ਔਖਾ ਹੈ, ਬਟ ਕੁਝ ਯੂਨੀਵਰਸਿਟੀਆਂ ਹੈਗੀਆਂ ਜਿਨ੍ਹਾਂ ਵਿੱਚ ਕੋਈ ਵੀ ਐਂਟਰੈਂਸ ਐਗਜ਼ਾਮ ਨਹੀਂ। ਇੱਕ ਸਿੰਪਲ ਇੰਟਰਵਿਊ ਜ਼ਰੂਰ ਹੁੰਦੀ ਹੈ, ਜਿਸ ਦੇ ਵਿੱਚ ਇੱਕ ਸਿੰਪਲ ਬੇਸਿਕ ਪੁੱਛਿਆ ਜਾਂਦਾ ਹੈ, ਜ਼ਿਆਦਾ ਕੁਛ ਉਹਦੇ ਵਿੱਚ ਨਹੀਂ ਪੁੱਛਦੇ। ਨੋਰਮਲ ਜਿਵੇਂ ਕਿ ਤੁਸੀਂ ਲਾਤ ਵਿੱਚ ਅਪਲਾਈ ਕਰੋਗੇ, ਕਿਸੇ ਵੀ ਨੋਰਮਲ ਹਰ ਇੱਕ ਸ਼ੈਨੀਗਨ ਜਾਂ ਯੂਰਪ ਦੀ ਕੰਟਰੀ ਵਿੱਚ ਅਪਲਾਈ ਕਰੋਗੇ, ਹਰ ਇੱਕ ਬੇਸਿਕ ਇੰਟਰਵਿਊ ਤੁਹਾਨੂੰ ਪਤਾ ਕਿ ਹੁੰਦੀ ਹੈ, ਬਟ ਜ਼ਿਆਦਾ ਇੰਟਰਵਿਊ ਉਸਦੇ ਵਿੱਚ ਨਹੀਂ ਲੈਂਦੇ। ਬੇਸਿਕ ਐਂਡ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਂਟਰੈਂਸ ਐਗਜ਼ਾਮ ਨਹੀਂ, ਕੋਈ GRE ਐਗਜ਼ਾਮ ਨਹੀਂ, ਕੋਈ ਸੈਟ ਦਾ ਐਗਜ਼ਾਮ ਨਹੀਂ, ਕੋਈ ਆਈਲੈਟਸ ਨਹੀਂ, ਕੋਈ PT ਨਹੀਂ, ਕੋਈ ਕੁਛ ਨਹੀਂ। ਹੁਣ ਤੁਸੀਂ ਕਹੋਗੇ ਜੀ ਵੀਡੀਓ ਬਣਾਉਣ ਦੇ ਮਾਰੇ, ਚਲੋ ਜੀ ਇਹਨਾਂ ਨੇ ਕਹਿਤਾ ਜੀ, ਇਹ ਮੈਨੂੰ ਕੀ ਇਸ ਦਾ ਬੈਨੀਫਿਟ ਹੈ? ਦੇਖੋ ਕਈ ਯੂਨੀਵਰਸਿਟੀਆਂ ਦੇ ਵਿੱਚ ਡੈਡਲਾਈਨ 4 ਜਨਵਰੀ ਹੈ, ਕੁਝ ਯੂਨੀਵਰਸਿਟੀਆਂ ਦੇ ਵਿੱਚ 4 ਜਨਵਰੀ ਨੂੰ ਪੋਰਟਲ ਓਪਨ ਹੋਣੇ ਹੈ, ਤੁਸੀਂ ਬੈਚਲਰ ਲਈ ਅਪਲਾਈ ਕਰ ਸਕਦੇ, ਤੁਸੀਂ ਮਾਸਟਰ ਦੇ ਲਈ ਵੀ ਅਪਲਾਈ ਕਰ ਸਕਦੇ ਹੋ, ਬਟ ਪ੍ਰੋਫਾਈਲ ਦੇਖੋ। ਸਭ ਤੋਂ ਬੈਨੀਫਿਟ ਹੋਰ ਹੈ ਕਿ ਇਹਦੇ ਵਿੱਚ ਤੁਸੀਂ 5 ਯੂਨੀਵਰਸਿਟੀ 'ਚ ਅਪਲਾਈ ਕਰ ਦਿਓ, 6 'ਚ ਅਪਲਾਈ ਕਰ ਦਿਓ, ਇਹਨਾਂ ਵਿੱਚ ਐਪਲੀਕੇਸ਼ਨ ਫੀਸ ਨਹੀਂ ਆਉਂਦੀ, ਆਫਰ ਲੈਟਰ ਦੀ ਫੀਸ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਆਉਂਦੀ। ਸੋ ਤੁਸੀਂ ਜਸਟ ਇੱਕ ਅਪਲਾਈ ਕਰਨਾ। ਸੋ ਅਪਲਾਈ ਕਰਨ ਦੀ ਕੀ ਕ੍ਰਾਈਟੇਰੀਆ ਹੈ, ਕਿਹੜੀ ਕਿਹੜੀ ਯੂਨੀਵਰਸਿਟੀ ਦੇ ਵਿੱਚ ਕੀ ਰਿਕੁਆਇਰਮੈਂਟ ਹੈ, ਕੀ ਐਲੀਜੀਬਿਲਟੀ ਹੈ, ਜਿਵੇਂ ਕਿ ਬੈਮਕ, ਸੈਮਕ, ਹੈਲਸਿੰਕੀ ਦੇ ਵਿੱਚ ਫੀਸ ਕਿੰਨੀ ਆਉਂਦੀ ਹੈ, ਆਰਟ ਯੂਨੀਵਰਸਿਟੀ ਕਿੰਨੀ ਫੀਸ ਹੁੰਦੀ ਹੈ, ਮੈਂ ਵੀਡੀਓ ਲੈ ਕੇ ਆਊਂਗਾ। ਮੇਰੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਤੁਸੀਂ ਫਿਨਲੈਂਡ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਪਡੇਟ ਲੈਣਾ ਚਾਹੁੰਦੇ ਹੋ, ਐਂਡ ਇੱਕ ਚੀਜ਼ ਹੋਰ, ਤੁਸੀਂ ਆਪਣੇ ਸਪਾਊਸ ਦੇ ਨਾਲ ਉਸੇ ਹੀ ਟਾਈਮ 'ਤੇ ਲੈ ਸਕਦੇ ਹੋ ਆਪਣੀ ਅਪੁਆਇੰਟਮੈਂਟ, ਐਂਡ ਇਸਦੀ ਡੈਡਲਾਈਨ ਹੈ ਜਲਦੀ ਤੋਂ ਜਲਦੀ ਕੇਸ ਅਪਲਾਈ ਕਰ ਦਿਓ ਸਪਤੰਬਰ ਐਂਡ ਇੱਕ ਦੇ ਲਈ, ਅਦਰਵਾਈਜ਼ ਅੰਬੈਸੀ ਵਿੱਚ ਅਪੁਆਇੰਟਮੈਂਟਾਂ ਨਹੀਂ ਮਿਲਦੀਆਂ। ਸਤਿ ਸ਼੍ਰੀ ਅਕਾਲ ਜੀ।